ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰੀਕ ਸਿੰਘ। ਅੱਜ ਮੈਂ ਦੂਜੀ ਵੀਡੀਓ ਲੈ ਕੇ ਆਇਆਂਗਾ। ਫਾਰਮ ਟਰੱਕ 6055 ਟਰੈਕਟਰ ਹੈਗਾ ਅਤੇ ਜਗਤਜੀਤ ਤੂੜੇ ਵਾਲਾ ਰੀਪਰ ਹੈਗਾ। ਇਹਦੇ ਚੱਕਰ ਨੇ ਜਿਹੜੇ ਕਿਹੜੀਆਂ ਪੁਲੀਆਂ ਪਾ ਕੇ ਮਿਲਦੇ ਨੇ ਉਹ ਆਪਾਂ ਪੁੱਛਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਬਾਈ ਜੀ? DC ਸਿੰਘ। ਕੀ ਪਿੰਡ ਆ ਬਾਈ? ਰੂੜੇ ਕੇ ਖੁਰਦ। ਬਾਈ ਜੀ, ਟਰੈਕਟਰ ਕਿਹੜਾ ਹੈਗਾ ਇਹ? 6055। ਕਿੰਨਾ ਮਾਡਲ? 15 ਮਾਡਲ। ਰੀਪਰ ਬਾਈ ਜੀ? 11 ਮਾਡਲ ਜਗਤਜੀਤ। 11 ਮਾਡਲ ਹੈਗਾ ਬਾਈ ਜੀ। ਕਿਹੜੇ ਗੇਅਰ ਦੇ ਵਿੱਚ ਚੱਲਦਾ ਟਰੈਕਟਰ? ਇਹ ਦੂਜੇ ਲੋਹ 'ਚ। ਕਿੰਨੀ ਰੇਸ 'ਤੇ? 1700 ਚੱਕਰ 'ਤੇ। ਅਤੇ ਆਪਾਂ ਜੇ ਰੀਪਰ ਦੇ ਗੇਅਰ ਦੀ ਗੱਲ ਕਰੀਏ ਬਾਈ ਜੀ, ਕਿਹੜਾ ਹੈਗਾ? ਇੱਕ ਗੇੜੇ ਵਾਲਾ। ਇੱਕ ਦਾ? ਅਤੇ ਬਾਈ ਜੀ ਪੁਲੀਆਂ? ਪੁਲੀਆਂ 15 ਨੌਂ ਦੀਆਂ। ਜਿਹੜੀ ਵੱਡੀ ਪੁਲੀ ਆ 15 ਦੀ, ਜਿਹੜੀ ਛੋਟੀ ਹੈ ਉਹ 9 ਦੀ। ਉਹ 9 ਦੀ ਹੈ। ਅਤੇ ਬਾਕੀ ਬਾਈ ਐਵਰੇਜ ਕੱਢੀ ਆ ਕਿਤੇ ਤੇਲ ਦੀ? ਐਵਰੇਜ ਹੁਣ ਤਾਂ ਪਹਿਲਾਂ ਤਾਂ ਖਾਂਦਾ 5 ਕੁ ਲੀਟਰ ਸੀ, ਬਾਅਦ 'ਚ ਮੰਨ ਕੇ ਚੱਲ 2.5-3। ਅਤੇ ਡੇਲੀ ਦੀ ਬਾਈ ਜੀ ਤੂੜੀਆਂ ਦੀ ਆਪਾਂ ਗੱਲ ਕਰੀਏ, ਟਰਾਲੀਆਂ ਦੀ ਕਿੰਨੀਆਂ ਬਣਾ ਦਿੰਦਾ? 25-26 ਟਰਾਲੀਆਂ ਬਣਾ ਦਿੰਦਾ। ਬਾਕੀ ਕਮੈਂਟ ਕਰਕੇ ਜ਼ਰੂਰ ਦੱਸੋ ਦੋਸਤੋ, ਜੇ ਕੋਈ ਹੋਰ ਗੱਲ ਪੁੱਛਣ ਵਾਲੀ ਹੁੰਦੀ ਹੈ ਤਾਂ ਆਪਾਂ ਉਹ ਵੀ ਪੁੱਛਿਆ ਕਰਾਂਗੇ। ਅਤੇ ਵੀਡੀਓ ਕਿੱਦਾਂ ਦੀ ਲੱਗੀ ਉਹ ਵੀ ਦੱਸਿਓ। ਧੰਨਵਾਦ ਦੋਸਤੋ।